ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਵੇਂ ਕਿ ਅਸੀਂ ਫੈਡਰਲ ਚੋਣਾਂ ਦੀਆਂ ਜੋ ਤਿਆਰੀਆਂ ਹੋ ਰਹੀਆਂ ਨੇ ਉਸ ਦੀਆਂ ਸਾਰੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਅੱਜ ਅਸੀਂ ਪਹੁੰਚੇ ਹਾਂ ਸਰੀ ਨਿਊਟਨ ਤੋਂ MP ਦੇ ਲਈ ਉਮੀਦਵਾਰ ਸੁੱਖ ਧਾਲੀਵਾਲ ਦੇ ਕੈਂਪੇਨ ਆਫਿਸ ਦੇ ਵਿੱਚ। ਇਸ ਸਮੇਂ ਸੁੱਖ ਧਾਲੀਵਾਲ ਜੀ ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡੀ ਪੰਜਾਬ ਦੇ ਸਵਾਗਤ। ਧੰਨਵਾਦ ਮੇਰੇ ਨੂੰ, ਤੁਹਾਨੂੰ, ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਕਿਸ ਤਰ੍ਹਾਂ ਚੱਲ ਰਹੀ ਹੈ ਤਿਆਰੀ? ਬਿਲਕੁਲ ਸਹੀ ਚੱਲ ਰਹੀ ਹੈ, ਜ਼ੋਰਾਂ 'ਤੇ ਆ, ਬਹੁਤ ਉਤਸ਼ਾਹ ਲੋਕਾਂ 'ਚ ਪਾਇਆ ਜਾ ਰਿਹਾ ਹੈਗਾ। ਅਤੇ ਅੱਗੇ ਵੀ ਮੈਂ ਬਹੁਤ ਕੈਂਪੇਨਸ ਲੜੀਆਂ, ਪਰ ਇੰਨਾ ਉਤਸ਼ਾਹ ਮੈਂ ਅੱਜ ਤਾਈਂ ਜਿਹੜਾ ਵਾ ਉਹ ਨਹੀਂ ਦੇਖਿਆ ਕਦੇ ਵੀ। ਬਹੁਤ ਇੰਨੀ ਥੋੜ੍ਹੇ ਸਮੇਂ 'ਚ ਜਿਹੜਾ ਹੈ ਕੈਂਪੇਨ ਜਿਹੜਾ ਉਹ ਵਧੀਆ ਤਰੀਕੇ ਨਾਲ ਕਿੱਕ ਆਫ ਹੋਇਆ ਹੈ। ਅਤੇ ਫਿਰ ਜਿਵੇਂ ਜੇ ਤੁਸੀਂ ਡੋਰ ਨੋਕਿੰਗ ਵੀ ਕਰਦੇ ਹੋ, ਤੁਸੀਂ ਲੋਕਾਂ ਨੂੰ ਮਿਲ ਰਹੇ ਹੋ, ਅਤੇ ਫਿਰ ਕਿਹੋ ਜਿਹੇ ਸਵਾਲ ਨੇ ਜਿਹੜੇ ਜ਼ਿਆਦਾਤਰ ਸਾਹਮਣੇ ਆ ਰਹੇ ਨੇ? ਕਿਉਂਕਿ ਪਹਿਲਾਂ ਵੀ ਤੁਸੀਂ ਹੀ ਇੱਥੇ MP ਸੀਗੇ ਨਿਊਟਨ ਤੋਂ, ਅਤੇ ਫਿਰ ਉਸ ਨੂੰ ਲੈ ਕੇ ਤਾਂ ਜ਼ਿਆਦਾ ਕਿਸ ਤਰੀਕੇ ਦੀਆਂ ਉਮੀਦਾਂ ਹੁਣ ਲੋਕ ਜਤਾਉਂਦੇ ਨੇ? ਦੇਖੋ, ਉਮੀਦ ਇੱਕੋ ਹੀ ਹੈਗੀ ਆ, ਉਹ ਦੇਖਦੇ ਨੇ ਵੀ ਜਿਹੜੀ ਸਾਡੀ ਫੈਮਿਲੀਜ਼ ਹੈਗੀਆਂ ਨੇ, ਆਰਡਨਰੀ ਵਰਕਿੰਗ ਕਲਾਸ ਫੈਮਿਲੀਜ਼, ਉਹਨਾਂ ਦੀ ਹੈਲਪ ਕਿਸ ਤਰੀਕੇ ਨਾਲ ਹੋ ਸਕਦੀ ਹੈਗੀ ਆ। ਇਨਫੈਕਟ ਜਦੋਂ ਲੜੇ ਵੀ ਸੀਗੇ ਪਿਛਲਾ ਇਲੈਕਸ਼ਨ, ਇਹੀ ਜਿਹੜੇ ਸੀ ਮੁੱਦੇ 'ਤੇ ਲੜੇ ਸੀ ਵੀ ਜਿਹੜੀਆਂ ਆਮ ਸਧਾਰਨ ਪਰਿਵਾਰ ਨੇ, ਆਰਡਨਰੀ ਵਰਕਿੰਗ ਕਲਾਸ ਫੈਮਿਲੀਜ਼ ਹੈਗੀਆਂ ਨੇ, ਮਿਡਲ ਕਲਾਸ ਫੈਮਿਲੀ, ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਦੀ ਲਾਈਫ ਬਿਹਤਰ ਬਣਾਉਣੀ ਹੈਗੀ ਆ, ਅਤੇ ਉਹੀ ਜਿਹੜਾ ਹੈਗਾ ਅਸੀਂ ਪੁੱਛ ਰਹੇ ਨੇ, ਆਮ ਕੁਐਸਚਨ ਉਹੀ ਆ ਰਿਹਾ, ਕਿਉਂਕਿ ਅਫੋਰਡੇਬਿਲਟੀ ਦਾ, ਅਤੇ ਜਿਹੜਾ ਫੈਮਿਲੀਜ਼ ਨੂੰ ਕਿੱਦਾਂ ਗੈਟ ਅਹੈਡ ਹੋਣ, ਸੋ ਇਹੀ ਇਸ਼ੂ ਜਿਹੜੇ ਸਾਹਮਣੇ ਇਸ ਵੇਲੇ ਆ ਰਹੇ ਹੈਗੇ। ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਵੀ ਚੋਣ ਮੁੱਦਾ ਇਹੋ ਸੀਗਾ, ਅਤੇ ਫਿਰ ਅਫੋਰਡੇਬਿਲਟੀ ਦੇ ਵਿੱਚ ਤੁਸੀਂ ਕਿੰਨੇ ਕੁ ਕਾਮਯਾਬ ਹੋ ਸਕੇ ਹੋ ਇੰਨੇ ਸਾਲਾਂ 'ਚ? ਦੇਖੋ, ਹੁਣ ਵੀ ਦੋ ਹੀ ਚੁਆਇਸਿਸ ਨੇ, ਦੋ ਬੜੀਆਂ ਸਟਾਰਕ ਚੁਆਇਸਿਸ ਹੈਗੀਆਂ। ਇੱਕ ਪਾਸੇ ਹੈਗੀ ਆ ਆਈਡੀਆਲੋਜੀ, ਰਾਈਟ ਵਿੰਗ ਜਿਹੜੀ ਡਿਸਟਰਕਟਿਵ ਆਈਡੀਆਲੋਜੀ, ਜਿਹਦੇ ਵਿੱਚ ਕੱਟ ਕਰਨੇ ਫੈਮਿਲੀ ਜਿਹੜੀਆਂ ਮਿਡਲ ਕਲਾਸ ਫੈਮਿਲੀ ਨੂੰ ਕੱਟ ਕਰਨੇ, ਔਰ ਜਿਹੜੇ ਆਮ ਅਮੀਰ ਲੋਕ ਨੇ ਟੋਪ 1%, ਉਹਨਾਂ ਦੀ ਹੈਲਪ ਕਰਨੀ, ਉਹ ਹੈਗੇ ਨੇ ਸ਼ੀਅਰ ਹੋਏ ਹਾਰਪਰ, ਉਹਨਾਂ ਦੀ ਆਈਡੀਆਲੋਜੀ। ਦੂਸਰੇ ਪਾਸੇ ਹੈਗੀ ਆ ਲਿਬਰਲ ਵਿਜ਼ਨ ਜਸਟਿਨ ਟਰੂਡੋ ਅਤੇ ਸਾਡੀ ਲਿਬਰਲ ਪਾਰਟੀ ਦੀ, ਉਹ ਹੈਗੀ ਆ ਵੀ ਅਸੀਂ ਜਿਹੜੀਆਂ ਫੈਮਿਲੀਜ਼ ਹੈਗੀਆਂ ਉਹਦੀ ਕਿਸ ਤਰੀਕੇ ਨਾਲ ਇਨਵੈਸਟਮੈਂਟ ਕਰੀਏ ਤਾਂ ਕਿ ਉਹਨਾਂ ਦੀ ਹੈਲਪ ਹੋਵੇ, ਔਰ ਉਹ ਪਿੱਛੇ ਕੀਤਾ। ਜੇ ਪਿੱਛੇ ਦੇਖਿਆ ਜਾਵੇ ਪਿਛਲੀ ਸਰਕਾਰ ਦੇ ਵਿੱਚ ਸਧਾਰਨ ਬੰਦੇ ਦੇ ਟੈਕਸ ਕੱਟ ਕਰਨੇ ਆਉਂਦੇ ਹੀ ਪਹਿਲੇ ਨੰਬਰ 'ਤੇ, ਕੰਮ ਇਹ ਕੀਤਾ, ਔਰ ਕੀ ਕੀਤਾ ਕਿ ਉਹ ਜਿਹੜੇ ਟੋਪ 1% ਸੀ ਉਹਨਾਂ ਨੂੰ ਕਿਹਾ ਜੀ ਥੋੜ੍ਹੇ ਜਿਹੇ ਤੁਸੀਂ ਜ਼ਿਆਦਾ ਪੇ ਕਰੋ ਤਾਂ ਕਿ ਉਹਨਾਂ ਦੀ ਹੈਲਪ ਹੋ ਸਕੇ। ਉਸ ਤੋਂ ਬਾਅਦ ਜਿਹੜਾ ਸੀ ਲੈਂਡਮਾਰਕ ਕੈਨੇਡਾ ਚਾਈਲਡ ਬੈਨੀਫਿਟ, ਜਿਹੜਾ ਟੈਕਸ ਫਰੀ ਲੈ ਕੇ ਆਉਂਦਾ, ਜਿਹਦੇ ਨਾਲ ਜਿਹੜਾ ਸੀ ਫੈਮਿਲੀਜ਼ ਨੂੰ ਬਹੁਤ ਵੱਡੀ ਹੈਲਪ ਹੋਈ, ਤਕਰੀਬਨ $600 ਤੱਕ ਪਰ ਕਿੱਟ ਜਿਹੜਾ ਸੀਗਾ ਉਹ ਉਹਨਾਂ ਫੈਮਿਲੀ ਨੂੰ ਜਿਨ੍ਹਾਂ ਨੂੰ ਜ਼ਰੂਰਤ ਸੀ। ਦੂਜੀ ਕੰਜ਼ਰਵੇਟਿਵ ਗੌਰਮੈਂਟ ਦੀ ਗੱਲ ਕਰਦੇ, ਉਹੀ ਡਿਸਟਰਕਟਿਵ, ਉਹ ਕਹਿੰਦੇ ਸੀ ਚਾਹੇ ਮਲਟੀ ਮਿਲੀਅਨਰ ਆ ਚਾਹੇ ਬਿਲੀਅਨਰ ਆ, ਉਹ ਹਰੇਕ ਨੂੰ ਚੈੱਕ ਜਿਹੜੇ ਸੀਗੇ ਉਹ ਭੇਜੇ ਜਾਂਦੇ ਸੀ। ਅਸੀਂ ਕਿਹਾ ਨਹੀਂ, ਉਹ ਜਿਹੜੇ ਫੈਮਿਲੀ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਆ ਉਹਨਾਂ ਨੂੰ ਦਿੱਤੇ ਜਾਣ। ਉਹਦੇ ਵਿੱਚ ਜਿਹੜਾ ਸੀਗਾ ਇਕੱਲੇ $8 million ਜਿਹੜਾ ਐਵਰੀ ਮੰਥ ਉਹ ਸਰੀ ਨਿਊਟਨ 'ਚ ਆ ਰਿਹਾ ਸੀ। ਜਦੋਂ ਇਹ ਚੀਜ਼ ਦੇਖਦੇ ਹੈਗੇ ਆ, ਚਾਈਲਡ ਕੇਅਰ ਬੈਨੀਫਿਟ ਹੋ ਗਏ, ਟੈਕਸ ਜਿਹੜੇ ਨੇ ਉਹ ਕੱਟ ਕਰਨੇ, ਫਿਰ ਉਹ ਤੋਂ ਬਾਅਦ ਸਮਾਲ ਬਿਜ਼ਨਸ ਲਾ ਲਓ, ਕਿਉਂਕਿ ਜੇ ਅੱਜ ਸਰੀ ਨਿਊਟਨ ਦੀ ਗੱਲ ਕਰਦੇ ਜਾਂ ਕੈਨੇਡਾ ਦੀ, 85% ਬਿਜ਼ਨਸ ਜਿਹੜੇ ਨੇ ਉਹ ਬੈਕਬੋਨ ਨੇ ਸਮਾਲ ਬਿਜ਼ਨਸ ਕਮਿਊਨਿਟੀ ਦੀ, ਚਾਹੇ ਕੋਈ ਟਰੱਕ ਡਰਾਈਵਰ ਆ, ਕੋਈ ਟੈਕਸੀ ਡਰਾਈਵਰ ਆ, ਕੋਈ ਪਲੰਬਰ ਆ, ਕੋਈ ਇਲੈਕਟ੍ਰੀਸ਼ਨ, ਹਾਊਸ ਦੇ ਵਿੱਚ ਕਿੰਨੇ ਟ੍ਰੇਡ ਜਾ ਰਹੇ, ਚਾਹੇ ਕੋਈ, ਸੋ ਜਦੋਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਜਿਹੜਾ 5 ਲੱਖ ਤਾਈਂ ਜਿਹੜੇ ਬਿਜ਼ਨਸ ਦੀ ਇਨਕਮ ਹੈਗੀ ਆ, ਉਹਨਾਂ ਦੇ ਇਨਕਮ ਟੈਕਸ 9% 'ਤੇ ਲੈ ਕੇ ਆਉਂਦੇ, ਅੱਜ ਤਾਈਂ ਕਦੇ ਵੀ ਨਹੀਂ ਇਹ ਹੋਇਆ ਹੈਗਾ, ਰਾਈਟ? ਸੋ ਇਹ ਜਿਹੜੀਆਂ ਪੋਲਸੀਜ਼ ਹੈਗੀਆਂ ਉਹਨਾਂ ਲੋਕਾਂ ਦੀ ਮਦਦ ਕਰਨੀ, ਉਹ ਪੋਲਸੀ ਜਿਹੜੀਆਂ ਅਸੀਂ ਪਿੱਛੇ ਰੈਜੀਨੇਟ ਕੀਤੀਆਂ ਲੋਕਾਂ ਨੂੰ ਚੰਗੀਆਂ, ਔਰ ਹੁਣ ਉਸੇ ਹੀ ਬੇਸ 'ਤੇ ਜਿਹੜਾ ਅੱਗੇ ਵੱਧ ਰਹੇ ਹਾਂ। ਤੁਸੀਂ ਕਿਹਾ ਵੀ ਅੱਗੇ ਕੀ ਕਰਾਂਗੇ, ਅੱਗੇ ਜਿਹੜੀ ਸੀ ਪਹਿਲੀ ਅਨਾਊਂਸਮੈਂਟ ਜਿਹੜੀ ਸੀਗੀ ਉਹ ਕੀਤੀ ਸੀ ਅਫੋਰਡੇਬਿਲਟੀ ਬਾਰੇ ਆਪਣੇ ਵਿਕਟੋਰੀਆ ਦੇ ਵਿੱਚ, ਕਿ ਪਿਛਲੇ ਬਜਟ ਦੇ ਵਿੱਚ ਅਸੀਂ ਇੱਕ ਬਿੱਲ ਲੈ ਉਹਦੇ ਵਿੱਚ ਬਿੱਲ ਦੇ ਵਿੱਚ ਲੈ ਕੇ ਆਏ ਸੀ ਪੋਲਸੀ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਅਸੀਂ ਫਸਟ ਟਾਈਮ ਹੋਮ ਬਾਇਰ ਦੀ ਮਦਦ ਕਿਸ ਤਰੀਕੇ ਨਾਲ ਕਰਨੀ। ਉਹਦੇ ਵਿੱਚ ਅਸੀਂ ਜਿੱਥੇ ਅਫੋਰਡੇਬਿਲਟੀ ਲਈ $40 billion ਅਫੋਰਡੇਬਲ ਹਾਊਸਿੰਗ ਲਈ ਪਾਏ ਸੀ, ਉਹਦੇ ਨਾਲ ਨਾਲ ਕੀਤਾ ਜਿਹੜਾ ਫਸਟ ਟਾਈਮ ਹੋਮ ਬਾਇਰ ਆ ਉਹਨੂੰ CHMC ਦੇ ਥਰੂ ਅਸੀਂ ਹੈਲਪ ਕਰਾਂਗੇ। ਜਦੋਂ CHMC ਦੇ ਥਰੂ ਹੈਲਪ ਕਰਾਂਗੇ ਉਹਦੇ ਵਿੱਚ 5% ਜਿਹੜੇ ਹੈਗੇ ਨੇ ਉਹ ਜਿਹੜੇ ਪੁਰਾਣੇ ਘਰ ਖਰੀਦਦਾ ਸੀ ਉਹਨੂੰ, ਔਰ 10% ਜਿਹੜਾ ਸੀ ਉਹ ਨਵੀਂ ਕੰਸਟਰਕਸ਼ਨ ਖਰੀਦਦਾ ਸੀ। ਉਹਦੇ ਵਿੱਚ ਜਦੋਂ ਦੇਖਿਆ ਜਾਵੇ ਤਾਂ ਉਹਦੇ ਵਿੱਚ ਇੱਕ ਲਿਮਿਟ ਲਾ ਦਿੱਤੀ ਸੀ ਵੀ ਉਹ ਜਿਹੜਾ ਘਰ ਆ ਉਹ 5 ਲੱਖ ਦਾ ਹੋਣਾ ਚਾਹੀਦਾ, ਪਰ ਉਹ ਜਦੋਂ ਅਸੀਂ ਦੇਖਦੇ ਹਾਂ ਮੈਟਰੋ ਵੈਨਕੂਵਰ ਦੀ ਗੱਲ ਕਰ ਲਈਏ, ਮੈਟਰੋ ਟੋਰਾਂਟੋ ਦੀ ਗੱਲ ਕਰ ਲਈਏ, ਮੈਟਰੋ ਮੰਟਰੀਅਲ ਦੀ ਗੱਲ ਕਰ ਲਈਏ, ਉਹਨਾਂ ਕਮਿਊਨਿਟੀ ਦੇ ਵਿੱਚ ਉਹ ਰੈਜੀਨੇਟ ਨਹੀਂ ਸੀ ਕਰ ਰਿਹਾ। ਉਹਦੇ ਵਿੱਚ ਕੀ ਹੈ ਕਿ ਘਰ ਦੀ ਵੈਲਿਊ ਤਾਂ ਇੱਥੇ ਜਿਹੜੀ ਸੀਗੀ ਤਕਰੀਬਨ 6 ਲੱਖ ਤੋਂ ਉੱਤੇ ਉੱਤੇ ਹੈਗੀ ਆ। ਸੋ ਉਹ ਅਸੀਂ ਸਾਰੀ ਕਾਕਸ ਨੇ ਰਲ ਕੇ ਜਦੋਂ ਕਿਹਾ, ਜਦੋਂ ਪੋਲਿਸੀ ਬਣ ਰਹੀ ਸੀ ਵੀ ਇੱਥੇ ਸਾਨੂੰ ਉਹ ਲਿਮਿਟ ਵਧਾਉਣੀ ਚਾਹੀਦੀ, ਪਹਿਲੀ ਅਨਾਊਂਸਮੈਂਟ ਕੀ ਹੋਈ ਕਿ ਜੇ 7,99,000 ਦਾ 8 ਲੱਖ ਦੇ ਕਰੀਬ ਘਰ ਖਰੀਦਦਾ ਹੈਗਾ ਤਾਂ ਉਸ ਦੇ ਉੱਤੇ ਅਸੀਂ ਜਿਹੜਾ ਆਪਾਂ 5% ਪੁਰਾਣੇ 'ਤੇ 10% ਨਵੇਂ 'ਤੇ, ਉਹਦੇ ਨਾਲ ਕੀ ਹੋਇਆ ਕਿ ਜਿਹੜਾ
फस्ट टाइम होम बायर है जिहड़े यंग फैमिलीज घर खरीदना चाहुंदियां जां न्यू कमर्स घर खरीदना चाहुंदे उहनां नूं जिहड़ा है उहदा बहुत वड्डा एडवेंटेज जिहड़ा होया उहदे नाल इक उहनां नूं तां होया होया पर नाल जिहड़ा डिवेलपर हैगा बिल्डर आ उहनूं वी फायदा क्योंकि उहदी मार्केट जिहड़ी आ उह हुण जिहड़ी आ अगे चलनी शुरू होगी तो होर जी इकनोमिक अपॉर्चुनिटी भी वधूगी। तो हुण अज एक नवीं अनाउंसमेंट चाइल्ड केयर होर लेके आंदी है क्योंकि जदों असी देखिया कि पिछली जदों असी चाइल्ड टैक्स बेनीफिट लिया दोनों फैमिलीज काम करन लग गईआं उहदे नाल असी वर्किंग क्रैडिट भी दिता उन्होंने भी जे जे तुसी बैक टू वर्क जाने हो तो तुहानूं वर्किंग क्रैडिट मिलू। तो अज चाहिदा सी कि उहनां नूं होर भी ज़्यादा लोड़ हैगी चाइल्ड केयर जिहड़ी के प्रॉपर जिहड़ी आ उह दित्ती जा सके। उहदे विच असीं की कीता कि 2,50,000 नवें स्पेस जिहड़े आ असीं जे लिबरल रीइलैक्ट हुंदी आ गवर्नमेंट तां असीं उह करांगे उहदे विच असीं 500 मिलियन डॉलर तों 535 मिलियन डॉलर जिहड़े आ उह इनवैसट करने हैगे आ जिहदे विच जिहड़ा ਜਦੋਂ ਉਹ ਪੇ ਕਰਦਾ ਸੀਗਾ ਤੁਸੀਂ ਆਪਣੇ ਚਾਈਲਡ ਕੇਅਰ ਲਈ ਉਹਦੀ ਜਿਹੜੀ 10% ਹੈਗੀ ਆ ਉਹ ਅਸੀਂ ਉਹਨਾਂ ਨੂੰ ਛੋੜ ਦੇਣੀ ਆ ਪਲੱਸ ਅਸੀਂ ਜਿਹੜੇ 10% ਸਪੋਟ ਨੇ ਉਹ ਉਹਨਾਂ ਪੇਰੈਂਟਸ ਲਈ ਰੱਖਣੇ ਆ ਜਿਹੜੇ ਪੇਰੈਂਟਸ ਓਵਰ ਟਾਈਮ ਕੰਮ ਜਿਹੜਾ ਉਹ ਕਰ ਰਿਹਾ ਹੈਗਾ। ਫਿਰ ਇਹਦੇ ਨਾਲ ਤੁਸੀਂ ਕਿਹਾ ਕਿ ਘਰਾਂ ਦੀ ਜਦੋਂ ਤੁਸੀਂ ਟੈਕਸ ਦੀ ਗੱਲ ਕੀਤੀ ਹੈ ਬੇਸ਼ੱਕ ਇਹ ਫਾਇਦਾ ਦਿੱਤਾ ਗਿਆ ਪਰ ਹਰਪ੍ਰੀਤ ਸਿੰਘ ਨੇ ਸਾਨੂੰ ਨਿਊਜ਼ ਰਿਲੀਜ਼ ਦਿਖਾਉਂਦੇ ਹੋਏ ਕਿਹਾ ਕਿ ਲਿਬਰਲ ਦੀ ਲਿਬਰਲ ਸੀ ਇਹ ਪਾਲਿਸੀ ਦੇ ਵਿੱਚ ਸ਼ਾਮਲ ਹੈ ਕਿ ਸਭ ਦੇ ਉੱਤੇ ਟੈਕਸ ਲਗਾਇਆ ਜਾਵੇਗਾ। ਦੇਖੋ ਇਹੀ ਚੀਜ਼ ਹਰਪ੍ਰੀਤ ਸਿੰਘ ਉਹਨਾਂ ਕੋਈ ਪੋਜ਼ਿਟਿਵ ਦੱਸਣ ਨੂੰ ਹੈ ਨੀਗਾ, ਠੀਕ ਹੈ ਨਾ। ਜੇ ਤੁਸੀਂ ਹਰਪ੍ਰੀਤ ਸਿੰਘ ਉਹਨਾਂ ਦਾ ਨਾਂ ਲਿਆ ਚਾਹੇ ਐਂਡੂ ਸ਼ੇਅਰ ਦੀ ਗੱਲ ਕਰ ਲਓ ਚਾਹੇ ਹਰਪਰ ਦੀ ਗੱਲ ਕਰ ਲਓ, ਜੇ ਹਰਪ੍ਰੀਤ ਵੀ ਉਹਨਾਂ ਨੀਤੀਆਂ ਨੂੰ ਵੀ ਫੋਲੋ ਕਰਦੇ ਆ ਜੀ ਝੂਠ ਬੋਲਣਾ ਲੋਕਾਂ ਨੂੰ ਗੁੰਮਰਾਹ ਕਰਨਾ ਇੱਕ ਚੰਗੀ ਪੋਲਿਸੀ ਨਹੀਂ। ਐਗਜੈਕਟਲੀ ਜਿਹੜਾ ਉਹ ਜਿੱਥੇ ਉਹ ਕਹਿ ਰਹੇ ਆ ਵੀ ਟੈਕਸ ਲੱਗੂਗਾ ਇਹ ਬਿਲਕੁਲ ਕੋਈ ਪੋਲਿਸੀ ਨਹੀਂ ਗੀ ਨਾ ਹੀ ਇਹ ਪੋਲਿਸੀ ਕੋਈ ਬਣੀ ਹੈਗੀ ਆ। ਇਹ ਝੂਠ ਬੋਲਣਾ ਬੰਦ ਕਰਨ, ਜੇ ਲੋਕਾਂ ਦੇ ਸਹੀ ਨੁਮਾਇੰਦੇ ਬਣਨਾ ਤਾਂ ਉਹ ਉਹਨਾਂ ਦੀ ਕਚਹਿਰੀ ਦੇ ਵਿੱਚ ਉਤਰ ਕੇ ਇਹ ਦੱਸਣ ਵੀ ਗੌਰਮੈਂਟ ਨੇ ਉਹਨਾਂ ਦੀ ਨੇ ਕਰਨਾ ਕੀ ਹੈ, ਆਮ ਸਧਾਰਨ ਬੰਦੇ ਦੀ ਲਾਈਫ ਬਿਹਤਰ ਬਣਾਉਣ ਲਈ ਕੀ ਕਰਨਾ। ਇਨਫੈਕਟ ਥਾਂ ਥਾਂ 'ਤੇ ਐਂਡੂ ਸ਼ੇਅਰ ਕਹਿ ਰਹੇ ਨੇ ਵੀ ਜੇ ਉਹ ਆਉਂਦੇ ਨੇ ਉਹ ਜਿਹੜੇ ਰਹੀਸ ਬੰਦੇ ਨੇ ਅਮੀਰ ਬੰਦੇ ਆ ਉਹਨਾਂ ਦੇ ਟੈਕਸ ਕੱਟ ਕਰਨਗੇ, ਆਮ ਸਧਾਰਨ ਬੰਦੇ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਜਿਹੜੀਆਂ ਨੇ ਉਹ ਬੈਨੀਫਿਟਸ ਕੱਟ ਕਰ। ਇਹੋ ਜਿਹੇ ਇਲਜ਼ਾਮ ਉਹਨਾਂ ਵੱਲੋਂ ਵੀ ਲਗਾਏ ਜਾਂਦੇ ਨੇ ਕਿ ਲਿਬਰਲ ਸਰਕਾਰ ਨੇ ਜਿਹੜੇ ਵੱਡੇ ਬਿਜ਼ਨਸ ਨੇ ਉਹਨਾਂ ਨੂੰ ਫਾਇਦਾ ਦਿੱਤਾ ਅਤੇ ਜਿਹੜੇ ਹੋਰ ਲੋਕਾਂ ਨੇ ਜ਼ਿਆਦਾ ਨਹੀਂ ਫਾਇਦਾ ਦਿੱਤਾ, ਜਿਵੇਂ SNC ਦੀ ਉਦਾਹਰਨ ਦਿੱਤੀ ਜਾਂਦੀ ਹੈ ਤਾਂ ਦੂਜੀ ਕੰਪਨੀ ਲੋਬਲੋਜ਼ ਦੀ ਉਦਾਹਰਨ ਦਿੱਤੀ ਜਾਂਦੀ ਹੈ। ਪਰ SNC ਦੀ ਗੱਲ ਕਰ ਲਈਏ ਹੁਣ ਅੱਜ SNC ਦੇ ਵਿੱਚ 3300 ਇੰਪਲੋਈ ਜਿਹੜਾ ਸੀ ਉਹਨਾਂ ਦੀ ਜੋਬ ਖਤਰੇ ਸੀ, ਜਸਟਿਨ ਟਰੂਡੋ ਨੇ ਆਪਦੀ ਜੇਬ 'ਚ ਨਹੀਂ ਪਾਇਆ, ਉਹ SNC ਦੀ ਮਦਦ ਨਹੀਂ ਕੀਤੀ। ਉਹਨਾਂ ਨੇ ਕਲੀਅਰ ਲਫ਼ਜ਼ਾਂ 'ਚ ਕਿਹਾ ਵੀ ਜੇ ਕਿਸੇ ਨੂੰ ਸਜ਼ਾ ਮਿਲਣੀ ਚਾਹੀਦੀ ਉਹ ਸਜ਼ਾ ਮਿਲਣੀ ਚਾਹੀਦੀ ਆ, ਪਰ ਜਿਹੜੇ 3300 ਲੋਕਾਂ ਦੀ ਜੋਬ ਖਤਰੇ 'ਚ ਆ ਉਹਨੂੰ ਸਾਨੂੰ ਪ੍ਰੋਟੈਕਟ ਕਰਨਾ ਚਾਹੀਦਾ। ਇਹ ਕੋਈ ਕਰਪਸ਼ਨ ਜੇ ਤੁਸੀਂ ਕਹੋ ਹਰਪਰ ਉਹਨਾਂ ਨੇ ਮਿਲੀਅਨਸ ਡਾਲਰ ਦੀ ਜਾਇਦਾਦ ਬਿਲੀਅਨਸ ਡਾਲਰ ਦੀ ਜਾਇਦਾਦ ਇਨਫੈਕਟ ਮਿਲੀਅਨ ਡਾਲਰ 'ਚ SNC ਨੂੰ ਦੇਤੀ ਤਾਂ ਉਹ ਕੋਈ ਉਹਨੇ ਕਰਪਸ਼ਨ ਕੀਤੀ ਨਹੀਂ। ਉਹਨਾਂ ਨੇ ਵੀ ਉਸ ਵੇਲੇ ਇਹੀ ਕੀਤਾ ਸੀ ਵੀ SNC ਦੀ ਮਦਦ ਕਰੋ ਤਾਂ ਕਿ ਉਹ ਇੰਪਲੋਈ ਦੀ ਮਦਦ ਅਸੀਂ ਮੈਂ ਤਾਂ ਨਹੀਂ ਕਹਿੰਦਾ ਵੀ ਉਹਨਾਂ ਨੇ ਉਹ ਮਾੜਾ ਕੀਤਾ ਉਦੋਂ ਜਾਂ ਉਹਨਾਂ ਨੇ ਕੋਈ ਕਰਪਸ਼ਨ ਕੀਤੀ। ਇਹ ਉਹਨਾਂ ਨੂੰ ਜਾ ਕੇ ਹਰਪ੍ਰੀਤ ਉਹਨਾਂ ਨੂੰ ਪੁੱਛੋ ਜਾ ਕੇ ਕੁਐਸਚਨ ਵੀ ਜੇ ਉਹਨਾਂ ਨੇ ਬਿਲੀਅਨਸ ਡਾਲਰ ਦੀ ਐਸੈਟ ਜਿਹੜੇ ਸੀਗੇ ਉਹਨਾਂ ਨੂੰ ਮਿਲੀਅਨ ਡਾਲਰ 'ਚ ਦੇ ਦਿੱਤੇ SNC ਨੂੰ, ਕੀ ਉਹ ਹਰਪਰ ਉਹਨਾਂ ਨੇ ਕਰਪਸ਼ਨ ਕੀਤੀ? ਕੀ ਇਹੀ ਜਿਹੜੀ ਉਸੇ ਕੰਜ਼ਰਵੇਟਿਵ ਗੌਰਮੈਂਟ ਦਾ ਮਿਨਿਸਟਰ ਜੌਨ ਬੇਅਰਡ ਜੇ ਉਸੇ SNC ਦੇ CEO ਨੂੰ ਲੈ ਕੇ ਲੀਬੀਆ ਦੇ ਵਿੱਚ ਲੈ ਕੇ ਗਏ ਸੀ ਵੀ ਜਿਹੜੀਆਂ ਨੇ ਉਹ ਜੋਬ ਕ੍ਰੀਏਸ਼ਨ ਹੋਵੇ, ਕੀ ਉਹਨਾਂ ਨੇ ਕਰਪਸ਼ਨ ਕੀਤੀ ਸੀ ਉਦੋਂ? ਹੁਣ ਆਈ ਗੱਲ ਤੁਸੀਂ ਕਹਿੰਦੇ ਹੋ ਵੀ ਵੱਡੀਆਂ ਕੰਪਨੀਆਂ ਦੀ, ਜਿਹੜਾ ਪਹਿਲਾ ਬਿੱਲ ਲੈ ਕੇ ਆਉਂਦਾ ਸੀ C1 ਉਹਦੇ ਵਿੱਚ ਕੀ ਕੀਤਾ ਸੀ, ਜਿਹੜੇ ਟੌਪ 1% ਟੈਕਸ ਅਰਨਰ ਸੀ ਨਾ ਉਹਨਾਂ 'ਤੇ ਟੈਕਸ ਲਾਏ, ਘਟਾਏ ਕੀ ਦੇ, ਜਿਹੜੇ ਆਮ ਸਧਾਰਨ ਵਰਕਿੰਗ ਕਲਾਸ ਫੈਮਿਲੀ ਸੀ ਉਹਨਾਂ 'ਤੇ ਟੈਕਸ ਘਟਾਏ। ਕੰਜ਼ਰਵੇਟਿਵ ਕੀ ਕਰ ਰਹੇ ਸੀ, ਚਾਈਲਡ ਕੇਅਰ ਟੈਕਸ ਜਿਹੜਾ ਚਾਈਲਡ ਕੇਅਰ ਚੈੱਕ ਜਿਹੜੇ ਸੀਗੇ ਉਹ ਮਲਟੀ ਬਿਲੀਅਨਰ ਲੋਕਾਂ ਨੂੰ ਅਮੀਰ ਲੋਕਾਂ ਨੂੰ ਵੀ ਭੇਜੀ ਜਾ ਰਹੇ ਸੀ। ਕੀ ਕੀਤਾ ਉਹਨੇ ਅਸੀਂ ਉਹਨਾਂ ਦੇ ਬੰਦ ਕਰਕੇ ਜਿਨ੍ਹਾਂ ਲੋਕਾਂ ਨੂੰ ਲੋੜ ਸੀਗੀ ਆਮ ਸਧਾਰਨ ਪਰਿਵਾਰਾਂ ਨੂੰ ਉਹ ਦਿੱਤੇ। ਉਦੋਂ ਬਾਅਦ ਆਏ ਬਿਜ਼ਨਸ ਦੀ ਗੱਲ ਕਰਦੇ, ਇੱਕ ਪਾਸੇ ਰਹੀਸ ਵੱਡੀਆਂ ਕੰਪਨੀਆਂ ਦੀ ਗੱਲ ਕਰਦੇ, ਸਮਾਲ ਬਿਜ਼ਨਸ ਦੀ ਗੱਲ ਕਰੀਏ, 9% ਟੈਕਸ ਅੱਜ ਤਾਈਂ ਕਦੇ ਹੋਇਆ? ਉਹਨਾਂ ਨੂੰ ਇਹ ਪੁੱਛੋ ਵੀ ਦੱਸੋ ਕਿਹੜਾ ਦੇਸ਼ ਆ ਜਿਹੜਾ ਡਿਵੈਲਪਡ ਨੇਸ਼ਨ ਜਿਹਦੇ ਵਿੱਚ ਜਿਹੜਾ ਸਮਾਲ ਬਿਜ਼ਨਸ ਜਿਹੜਾ 5 ਲੱਖ ਤਾਈਂ ਇਨਕਮ ਜਿਹਦੀ ਹੋਵੇ ਉਹ 9% ਟੈਕਸ ਦਿੰਦਾ? ਜਦੋਂ ਇਹ ਸਾਰੀਆਂ ਪੋਲਿਸੀ ਦੇਖਦੇ ਹੈਗੇ ਆ ਨਾ, ਇਹ ਸਧਾਰਨ ਬੰਦਿਆਂ ਲਈ ਕ੍ਰੀਏਟ ਕੀਤੀਆਂ, ਇਹ ਬਿਲਕੁਲ ਜਿਹੜਾ ਹੈ ਇਹ ਗੁੰਮਰਾਹ ਕਰੂ ਹੈਗਾ ਇਹਨਾਂ ਦਾ। ਲੋਕਾਂ ਨੂੰ ਵੀ ਪਤਾ ਵੀ ਜਦੋਂ ਕੰਜ਼ਰਵੇਟਿਵ ਆਉਂਦੇ ਆ ਇਹ ਦੇਸ਼ ਦਾ ਪੱਠਾ ਬਿਠਾ ਕੇ ਜਾਂਦੇ ਆ ਔਰ ਐਸੀਆਂ ਡਿਸਟਰਕਟਿਵ ਪੋਲਿਸੀਜ਼ ਲੈ ਕੇ ਆਉਂਦੇ ਆ, ਇਕਨੋਮਿਕ ਪੋਲਿਸੀ ਆਪਦੀ ਕਹਿੰਦੇ ਨੇ ਜਿਹੜੀ, ਜਿਹਦੇ ਨਾਲ ਆਮ ਸਧਾਰਨ ਬੰਦੇ ਦੀ ਲਾਈਫ ਜਿਹੜੀ ਆ ਉਹ ਹੋਰ ਵੀ ਔਖੀ ਹੋ ਜਾਂਦੀ।
ਤੇ ਫਿਰ ਇਹਦੇ ਵਿੱਚ ਉਹਨਾਂ ਵੱਲੋਂ ਸਪੈਸ਼ਲ ਖਾਸ ਤੌਰ 'ਤੇ ਹਰ ਵਾਰ ਇੱਕੋ ਮੁੱਦਾ ਜਿਹੜਾ ਚੁੱਕਿਆ ਜਾਂਦਾ ਖਾਸ ਤੌਰ 'ਤੇ ਇਮੀਗ੍ਰੇਸ਼ਨ ਦਾ, ਅਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ? ਬਿਲਕੁਲ, ਦੇਖੋ ਕੰਜ਼ਰਵੇਟਿਵ ਦੀ ਨੀਤੀ ਉਹ ਤਾਂ ਬੜੀ ਕਲੀਅਰ ਹੈ। ਕੰਜ਼ਰਵੇਟਿਵ ਨੇ ਕੀ ਕੀਤਾ, ਜਦੋਂ ਉਹ ਆਏ ਤਾਂ ਜਿਹੜੇ ਸਪਾਊਸਲ ਕੇਸ ਸੀਗੇ ਉਹਨਾਂ ਨੂੰ ਚਾਰ ਚਾਰ ਸਾਲ ਲੱਗਣ ਲੱਗ ਗਏ। ਪੇਰੈਂਟਸ ਗ੍ਰੈਂਡ ਪੇਰੈਂਟਸ ਤਾਂ ਉਹਦਾ ਬੰਦ ਹੀ ਕਰ ਦਿੱਤੇ ਉਹਨਾਂ ਨੇ ਆਉਂਦਿਆਂ, 4000 ਐਪਲੀਕੇਸ਼ਨ ਲਈ ਉਹਨਾਂ ਨੇ ਆ ਕੇ। ਪਰ ਅਸੀਂ ਕੀ ਕੀਤਾ ਆਉਂਦਿਆਂ ਹੀ, ਅਸੀਂ ਆਉਂਦਿਆਂ ਹੀ ਜਿਹੜਾ ਸੀ ਇਹ ਰੈਜੂਲੇਸ਼ਨ ਜਿਹੜਾ ਸੀ ਉਹ ਪਾਸ ਕੀਤਾ। ਉਹਨੇ ਮਿਨਿਸਟਰ ਨੇ ਕਿਹਾ ਵੀ ਜਿਹੜੇ ਸਪਾਊਸਲ ਕੇਸ ਨੇ ਉਹ ਇੱਕ ਸਾਲ ਦੇ ਵਿੱਚ ਉਹਨਾਂ ਦਾ ਫੈਸਲਾ ਹੋਣਾ ਚਾਹੀਦਾ। ਇੱਕ ਪਾਸੇ 4 ਸਾਲ ਲੱਗਦੇ ਸੀ, ਅੱਜ ਸਪਾਊਸ ਨੂੰ ਕਿਸੇ ਨੇ ਮੰਗਾਉਣਾ ਹੈਗਾ ਤਾਂ ਕਿੰਨੇ ਸਾਲ ਲੱਗਦੇ ਆ? 1 ਸਾਲ ਤੋਂ ਵੀ ਥੱਲੇ ਥੱਲੇ, ਕੁਛ ਮਹੀਨਿਆਂ ਦੀ ਗੱਲ ਰਹਿ ਗਈ। ਇਹ ਸੀ ਪੋਲਸੀ। ਦੂਜੀ ਗੱਲ ਇਹ ਆ, ਉਹਨਾਂ ਨੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ, ਜੇ ਅਸੀਂ ਅੱਜ ਬੈਸਟ ਐਂਡ ਬ੍ਰਾਈਟੈਸਟ ਜਿਹੜੇ ਨੇ ਲੋਕ ਇੱਥੇ ਆਪਣੇ ਸੱਦਣੇ ਹੈਗੇ ਆ, ਉਹਦੇ ਵਿੱਚ ਉਹਨਾਂ ਨੇ 4000 ਐਪਲੀਕੇਸ਼ਨ ਲਈ, ਅਸੀਂ 27000 ਐਪਲੀਕੇਸ਼ਨ ਐਕਸੈਪਟ ਕੀਤੀ। ਔਰ ਇਕੱਲੀ ਉਹੀ ਨਹੀਂ ਕੀਤੀ, ਉਹਨਾਂ ਨੇ ਇੱਕ ਹੋਰ ਕੰਮ ਕੀਤਾ ਵੀ ਇਹ ਲੋਕ ਅਪਲਾਈ ਨਾ ਕਰਨ, ਉਹਨਾਂ ਨੂੰ ਜਿਹੜਾ ਵਾ ਪਾਸੇ ਸਿੱਟਿਆ ਜਾਵੇ, ਡਿਸਕਰੇਜ ਕੀਤਾ ਜਾਵੇ। ਉਹਨਾਂ ਨੇ ਕੀ ਕੀਤਾ, ਜਿਹੜੀ ਡਿਪੈਂਡੈਂਟ ਦੀ ਏਜ ਸੀਗੀ ਚਾਈਲਡ ਦੀ, ਉਹ 22 ਸਾਲ ਤੋਂ ਘਟਾ ਕੇ 18 ਸਾਲ ਕਰਤੀ। 18 ਸਾਲ 'ਚ ਕਿਹੜਾ ਆਉਂਦਾ ਸੀ? ਅਸੀਂ ਉਹਨੂੰ ਬੈਕ ਜਿਹੜਾ ਸੀਗਾ ਬਰਕਰਾਰ ਕੀਤਾ ਸੀ ਫਰੋਮ 18 ਈਅਰ ਟੂ 20 ਈਅਰ। ਸੋ ਜਦੋਂ ਇੱਕ ਪਾਸੇ 27000 ਇਕੱਲੀ ਐਪਲੀਕੇਸ਼ਨ ਦੀ ਗੱਲ ਨਹੀਂ ਕਰਦੇ, ਉਹ 'ਚ ਨੰਬਰ ਆਫ ਪਾਰਟੀਸਪੈਂਟ ਜਿਹੜੇ ਆ ਉਹ ਵੀ ਡਬਲ ਹੋ ਗਏ। ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਅਸੀਂ ਪਰਮਾਨੈਂਟ ਇਮੀਗ੍ਰੇਸ਼ਨ ਜਿਹੜੀ ਆ ਉਹ ਕ੍ਰੀਏਟ ਕੀਤੀ ਆ। ਔਰ ਇਹ ਆ ਵੀ ਅੱਗੇ ਲੋਕ ਕਹਿੰਦੇ ਸੀ ਜਦੋਂ ਕੰਜ਼ਰਵੇਟਿਵ ਸੀ, ਮਰਗ ਹੋ ਗਈ ਕਿਸੇ ਦੇ, ਖੁਸ਼ੀ ਹੋ ਗਈ, ਵੀਜ਼ਾ ਨਹੀਂ ਸੀ ਮਿਲਦਾ, ਲੋਕਾਂ ਦੀ ਲਾਈਨ ਲੱਗੀ ਸੀ, ਲੋਕ ਰੋਂਦੇ ਹੁੰਦੇ ਸੀ। ਬਹੁਤ ਸਾਰੇ ਪਰਿਵਾਰ ਜਿਹੜੇ ਸੀਗੇ ਉਹ ਮੇਰੇ ਕੋਲ ਆਏ, ਜਿਹੜੇ ਸੀ ਉਹ ਇਮੋਸ਼ਨਲੀ ਜਿਹੜੇ ਸੀ ਇੰਨੇ ਹਰਟ ਹੋਏ ਹੁੰਦੇ ਸੀ। ਉਹ ਕੀ ਕੀਤਾ, ਅਸੀਂ ਜਿਹੜੇ ਪਰਿਵਾਰ ਸੀਗੇ ਕੋਸ਼ਿਸ਼ ਕੀਤੀ ਕਿ ਜੇ ਕਿਸੇ ਦੇ ਖੁਸ਼ੀ ਅਤੇ ਗਮੀ ਹੈਗੀ ਆ ਉਹਦੇ ਵਿੱਚ ਉਹਨਾਂ ਦੇ ਪਰਿਵਾਰ ਜਿਹੜੇ ਆ ਉਹ ਇਕੱਠੇ ਹੋ ਸਕਣ। ਸੋ ਜਦੋਂ ਇਮੀਗ੍ਰੇਸ਼ਨ ਦੀ ਨੀਤੀ ਦੀ ਗੱਲ ਕਰਦੇ ਨਾ, ਤਾਂ ਕੰਜ਼ਰਵੇਟਿਵ ਪਾਰਟੀ ਨੂੰ ਸਾਨੂੰ ਨਹੀਂ ਇਹ ਦੱਸਣਾ ਚਾਹੀਦਾ, ਉਹਨਾਂ ਨੂੰ ਸਗੋਂ ਲੈਸਨ ਜੇ ਲੈਣੇ ਚਾਹੀਦੇ ਆ ਤਾਂ ਉਹ ਆ ਕੇ ਮੇਰੇ ਨਾਲ ਗੱਲ ਕਰਨ, ਫਿਰ ਮੈਂ ਉਹਨਾਂ ਨੂੰ ਦੱਸਾਂ ਵੀ ਉਹਨਾਂ ਦੀਆਂ ਉਹਨਾਂ ਨੇ ਵੇਟਿੰਗ ਲਿਸਟ ਦੀ ਗੱਲ ਕਰਦੇ ਆ, ਵੇਟਿੰਗ ਲਿਸਟ ਕਿੱਦਾਂ ਖਤਮ ਕੀਤੀ, 2.5 ਲੱਖ ਐਪਲੀਕੇਸ਼ਨ ਆਉਂਦੇ, ਬਟਨ ਨੱਪਿਆ ਸਾਰੇ ਬੰਦ, ਕੀਤੇ ਕਿ ਨਹੀਂ ਕੀਤੇ ਉਹ ਤਾਂ ਤੁਹਾਨੂੰ ਵੀ ਪਤਾ, ਮੀਡੀਆ ਦੇ ਤੌਰ 'ਤੇ ਤੁਸੀਂ ਜਾਣੀ ਹੋ। ਸੋ ਜਦੋਂ ਇਹੋ ਜਿਹੀਆਂ ਉਹ ਪੋਲਸੀਜ਼ ਲੈ ਕੇ ਆਉਂਦੇ ਨਾ, ਗਲਤ ਪੋਲਸੀਜ਼, ਉਹਦੇ ਨਾਲ ਜਿਹੜਾ ਆਮ ਸਧਾਰਨ ਇਨਸਾਨ ਆ ਉਹਦੇ ਨੈਗੇਟਿਵ ਅਸਰ ਹੁੰਦਾ। ਤੁਸੀਂ ਹੋਰ ਗੱਲ ਕਰਦੇ, ਆਪਾਂ ਸਟੂਡੈਂਟਸ ਦੀ ਗੱਲ ਕਰ ਲੈਂਦੇ ਹਾਂ। ਅੱਜ ਸਟੂਡੈਂਟਸ ਦਾ ਅਸੀਂ ਲੋਨ ਜਿਹੜੇ ਸੀਗੇ ਟੈਕਸ ਫਰੀ ਲੋਨ ਉਹਨਾਂ ਨੂੰ ਜਿਹੜੇ ਸੀਗੇ ਉਹ ਦਿੱਤੇ, ਜਿਹਦੇ ਨਾਲ 2000 ਦੇ ਕਰੀਬ ਹਰੇਕ ਬੱਚੇ ਨੂੰ ਜਿਹੜਾ ਵਾ ਉਹਦੇ ਵਿੱਚ ਉਹਦਾ ਫਾਇਦਾ ਹੋਇਆ। ਸੀਨੀਅਰ ਦੀ ਗੱਲ ਲਾ ਲਓ, ਕਿੱਥੇ ਗੱਲਾਂ ਕਰਦੇ ਕੰਜ਼ਰਵੇਟਿਵ ਵਾਲੇ, ਕਹਿੰਦੇ ਚੱਕ ਕੇ ਜਿਹੜੀ ਰਿਟਾਇਰਮੈਂਟ ਏਜ ਆ ਅਸੀਂ 67 ਕਰ ਦੇਣੀ ਆ, ਤਾਂ ਕਿ ਸਾਡੇ ਸੀਨੀਅਰ ਜਿਹੜੇ ਨੇ ਉਹ 2 ਸਾਲ ਹੋਰ ਪਾਵਰਟੀ 'ਚ ਰਹਿ ਸਕਣ, ਸਾਡੇ ਬਜ਼ੁਰਗ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਜਿਹੜੀ ਆ ਇਸ ਦੇਸ਼ ਲਈ ਇਹਨਾਂ ਪਰਿਵਾਰਾਂ ਲਈ ਲਾਈ ਹੁੰਦੀ ਆ। ਅਸੀਂ ਆਉਂਦਿਆਂ ਕੀ ਕੀਤਾ, ਅਸੀਂ ਕਿਹਾ ਨਹੀਂ, ਹਰ ਦਮ ਨਹੀਂ ਹੋਣ ਦੇਵਾਂਗੇ, 65 ਸਾਲ 'ਤੇ ਉਹਨੂੰ ਅਸੀਂ ਬਰਕਰਾਰ ਰੱਖਾਂਗੇ, ਉਹ ਅਸੀਂ ਰੱਖੀ। ਸੋ ਇੱਕ ਇੱਕ ਪੋਲਸੀ ਜਦੋਂ ਮੈਂ ਗੱਲ ਕਰਦਾ ਤਾਂ ਹੀ ਮੈਂ ਕਹਿ ਰਿਹਾ, ਇੱਕ ਪਾਸੇ ਇਹਨਾਂ ਦਾ ਝੂਠ ਨਾ ਸੁਣੀਏ, ਇਹਨਾਂ ਦਾ ਝੂਠਾ ਪ੍ਰਚਾਰ ਨਾ ਸੁਣੀਏ, ਇਹ ਦੇਖੀਏ ਵੀ ਇਹਨਾਂ ਦੀਆਂ ਜਿਹੜੀਆਂ ਰਾਈਟ ਵਿੰਗ ਆਈਡੀਓਲੋਜੀ ਹੈਗੀ ਆ, ਹਾਰਪਰ ਹੋਏ, ਸ਼ੀਅਰ ਹੋਏ, ਜਾਂ ਉਹਨਾਂ ਦੇ ਕੈਂਡੀਡੇਟ ਹੋਏ ਜਿਹੜੇ ਇਹ ਜਿਹੀਆਂ ਗੱਲਾਂ ਕਰਦੇ ਨੇ, ਗਲਤ ਫਵਾਹਾਂ ਅੱਜ ਉਡਾਉਂਦੇ ਪਏ ਨੇ, ਉਹ ਔਰ ਦੂਸਰੇ ਪਾਸੇ ਜਿਹੜੀ ਇੱਕ ਪ੍ਰੋਗਰੈਸਿਵ ਵਿਜ਼ਨ ਜਿਹਦੇ ਵਿੱਚ ਇਹ ਹੈਗਾ ਕਿ ਅਸੀਂ ਆਪਣੀਆਂ ਫੈਮਿਲੀਜ਼ ਦੇ ਵਿੱਚ ਇਨਵੈਸਟ ਕਰਨਾ, ਔਰ ਕੰਜ਼ਰਵੇਟਿਵ ਕਹਿੰਦੇ ਅਸੀਂ ਆਪਣੀਆਂ ਫੈਮਿਲੀ ਜਿਹੜੀਆਂ ਨੇ ਉਹਨਾਂ 'ਚ ਇਨਵੈਸਟ ਨਹੀਂ ਕਰਨਾ, ਉਹਨਾਂ ਨੂੰ ਕੱਟ ਲਾਉਣੇ ਆ ਤਾਂ ਕਿ ਉਹਨੂੰ ਹੋਰ ਔਖਾ ਜਿਹੜਾ ਉਹ ਅਸੀਂ ਕਰਨਾ ਹੈਗਾ। ਅਤੇ ਫਿਰ ਅੰਤ ਵਿੱਚ ਤੁਸੀਂ ਆਪਣੇ ਜਿਹੜੇ ਸਰੀ ਨਿਊਟਨ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਵੋਟ ਕਿਉਂ ਪਾਉਣ? ਦੇਖੋ, ਸਰੀ ਨਿਊਟਨ ਦੇ ਵਾਸੀਆਂ ਨੂੰ ਬੜੀ ਕਲੀਅਰ ਹੈਗੀ ਆ, ਕਿਉਂਕਿ ਉਹਨਾਂ ਦਾ ਚੁਣਿਆ ਨੁਮਾਇੰਦਾ ਉਹ ਹੋਣਾ ਚਾਹੀਦਾ, ਜਿਹੜਾ ਇਹ ਨਾ ਹੋਵੇ ਵੀ ਇਲੈਕਸ਼ਨ ਆਇਆ ਤਾਂ ਜੱਫੀਆਂ ਪਾਵੇ ਲੋਕਾਂ ਨੂੰ, ਰਾਈਟ, ਅਤੇ ਇਲੈਕਸ਼ਨ ਆਇਆ ਤਾਂ ਉਹ ਆਪਣਾ ਇੱਥੇ ਮੂੰਹ ਦਿਖਾਵੇ, ਚਾਹੇ ਜੀ ਮੈਂ ਅੱਜ ਡੋਰਾਂ 'ਤੇ ਨਿਕਲ ਗਿਆ ਜੀ, ਡੋਰ ਨੌਕਿੰਗ ਕਰਨ ਲੱਗ ਗਿਆ। ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਵੀ ਕਿਹੜਾ ਨੁਮਾਇੰਦਾ ਜਿਹੜਾ ਸ਼ੁਰੂ ਤੋਂ ਲੈ ਕੇ ਜਿਹਦਾ ਰੈਕਰਡ ਆ, ਵੀ ਉਹ ਚਾਹੇ ਚੁਣਿਆ ਹੋਇਆ ਨੁਮਾਇੰਦਾ ਸੀ ਚਾਹੇ ਨਹੀਂ ਸੀ, ਉਹ ਕਮਿਊਨਿਟੀ ਦੇ ਨਾਲ ਜਿਹੜਾ ਸੀਗਾ ਉਸ ਕਮਿਊਨਿਟੀ ਦਾ ਅੰਗ ਬਣ ਕੇ ਖੜਾ ਹੋਇਆ। ਉਹਦੇ ਵਿੱਚ ਮੈਂ ਆਪਣੇ ਆਪ ਨੂੰ ਪ੍ਰਾਈਡ ਲੈਂਦਾ ਕਿ ਜਿਹੜੀ ਐਕਸੈਸਿਬਿਲਿਟੀ ਸਾਡੇ ਦਫ਼ਤਰ ਦੇ ਵਿੱਚ ਹੈ ਉਹ ਕਿਸੇ ਵੀ ਦਫ਼ਤਰ 'ਚ ਨਹੀਂ ਹੋ ਸਕਦੀ। ਕਿਉਂ? ਜਿਹੜਾ ਵੀ ਇਨਸਾਨ ਸਾਡੇ ਦਫ਼ਤਰ 'ਚ ਆਇਆ, ਚਾਹੇ ਉਹਨੇ ਮੇਰੀ ਸਪੋਰਟ ਕੀਤੀ ਚਾਹੇ ਨਹੀਂ ਕੀਤੀ, ਚਾਹੇ ਉਹਨੇ ਸਾਡੀ ਪਾਰਟੀ ਨੂੰ ਵੋਟ ਪਾਈ ਚਾਹੇ ਨਹੀਂ ਪਾਈ, ਚਾਹੇ ਉਹ ਸਾਡੀ ਕੰਸਟੀਟੂਐਂਸੀ 'ਚ ਰਹਿੰਦਾ ਚਾਹੇ ਨਹੀਂ ਰਹਿੰਦਾ, ਜਿਹੜਾ ਵੀ ਇਨਸਾਨ ਚੱਲ ਕੇ ਆਇਆ ਅਸੀਂ ਉਹਦੀ ਆਫਿਸ ਦੇ ਵਿੱਚ ਆਇਆਂ ਦੀ ਮਦਦ ਕੀਤੀ ਆ। ਔਰ ਦੂਸਰਾ ਇਹ ਆ, ਲੋਕ ਸਾਨੂੰ ਆਪਣੇ ਮੈਨੂੰ ਦੁੱਖ ਸੁੱਖ ਦੇ ਵਿੱਚ ਆਪਣੇ ਪਰਿਵਾਰ ਦਾ ਮੈਂਬਰ ਬਣਾ ਕੇ ਚੱਲਦੇ ਆ,
ਮੈਂ ਆਪਣੇ ਫੈਮਿਲੀ ਦੇ ਟਾਈਮ ਦੇ ਵਿੱਚੋਂ ਆਪਣੇ ਪਰਸਨਲ ਟਾਈਮ 'ਚੋਂ ਕੱਢ ਕੇ ਐਮ ਪੀ ਦੀ ਜੋਬ ਤਾਂ ਮੈਂ ਆਊਟ ਆਫ 'ਚ ਬੈਠ ਕੇ ਜਿਹੜੀ ਆ ਉਹ ਦੂਜੇ ਐਮ ਪੀ ਦੇ ਬਰਾਬਰ ਕਰਦਾ ਹੀ ਸੀ। ਉਹ ਜਿਹੜਾ ਟਾਈਮ ਮੈਂ ਲੋਕਾਂ 'ਚ ਲਾਉਂਦਾ ਸੀ, ਕਿਉਂ ਲਾਉਂਦਾ ਸੀ? ਕਿਉਂਕਿ ਆਪਣੀ ਐਕਸੈਸੀਬਿਲਿਟੀ ਬੜੀ ਜ਼ਰੂਰੀ ਹੈ। ਜੇ ਅੱਜ ਤੁਹਾਡਾ ਐਮ ਪੀ ਇੱਥੋਂ ਬਣ ਕੇ ਆਊਟ ਆਫ ਜਾ ਕੇ ਬਹਿ ਜੇ, ਧੌਣ 'ਚ ਕੀਲਾ ਲਿਆ ਹੋਵੇ ਵੀ ਨਹੀਂ ਜੀ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ, ਨੀਵਾਂ ਹੋ ਕੇ ਗੱਲ ਨਹੀਂ, ਕਿਉਂਕਿ ਰੀਜ਼ਨ ਆ ਕਿ ਸਾਨੂੰ ਲੋਕਾਂ ਦੇ ਨਾਲ ਮਿਲਣਾ ਵਰਤਣਾ ਪੈਣਾ, ਕਿਉਂਕਿ ਉਹਨਾਂ ਦੀਆਂ ਲੋੜਾਂ ਨੂੰ ਸਮਝਦਾ ਹੋਵੇ। ਉਹ ਜੇ ਮੈਂ ਕਹਿ ਸਕਦਾ, ਜੇ ਇੱਕ ਹੈਗਾ ਐਮ ਮੈਂਬਰ ਆਫ ਪਾਰਲੀਮੈਂਟ ਉਹ 'ਚ ਮੈਂ ਆਪਣਾ ਪ੍ਰਾਈਡ ਮਹਿਸੂਸ ਕਰਦਾ, ਲੋਕ ਵੀ ਤੁਹਾਡੇ ਦਰਸ਼ਕ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਕਦੇ ਲੁਕਿਆ ਨਹੀਂ ਔਰ ਇਸੇ ਕੰਸਟੀਟੂਐਂਸੀ 'ਚ ਰਿਹਾ ਔਰ ਇਸੇ 'ਚ ਹੀ ਰਹਿਣਾ। ਸੋ ਇਸ ਕਰਕੇ ਮੈਂ ਕਹੂੰਗਾ ਕਿ ਤੁਸੀਂ ਜੇ ਆਪਣੇ ਹੱਕਾਂ ਦੇ ਲਈ ਲੜਾਈ ਕਰਨੀ ਹੈ, ਉੱਥੇ ਵੀ ਜਿੱਥੇ ਲੋੜ ਪਈ ਨਾ ਪਾਰਲੀਮੈਂਟ 'ਚ ਖੜ੍ਹੇ ਹੋਣ ਦੀ, ਤਾਂ ਉੱਥੇ ਨਿਧੜਕ ਹੋ ਕੇ ਜਿਹੜੀ ਆ ਉਹ ਖੜ੍ਹਾ ਹੋਇਆ ਮੈਂ ਉਹਨਾਂ ਦੇ ਨਾਲ। ਅਤੇ ਆਹੀ ਜਿਹੜੀਆਂ ਦੋ ਮੇਨ ਗੱਲਾਂ ਨੇ, ਉਹਨਾਂ ਦੇ ਮੁੱਦੇ ਬਣਦੀਆਂ, ਉਹਨਾਂ ਦੀਆਂ ਲੋੜਾਂ, ਉਹਨਾਂ ਦੀ ਆਵਾਜ਼ ਉੱਥੇ ਪਾਰਲੀਮੈਂਟ 'ਚ ਉਠਾਉਣੀ ਔਰ ਕਾਕਸ ਦੇ ਵਿੱਚ ਉਠਾਉਣੀ ਔਰ ਪ੍ਰਾਈਮ ਮਿਨਿਸਟਰ ਦੇ ਨਾਲ ਉਠਾਉਣੀ, ਉਹ ਮੈਂ ਨਿਧੜਕ ਹੋ ਕੇ ਉਠਾਈ ਆ। ਔਰ ਜਿੱਥੇ ਲੋਕਾਂ ਦੇ ਵਿੱਚ ਐਕਸੈਸੀਬਿਲਿਟੀ ਦੀ ਗੱਲ ਆਈ ਆ, ਉੱਥੇ ਮੈਂ ਆਪਣੇ ਆਪ ਨੂੰ ਕਹਿ ਸਕਦਾ ਕਿ ਵੀ ਲੋਕ ਵੀ ਇਸ ਗੱਲ ਦੇ ਗਵਾਹ ਹੋਣਗੇ ਵੀ ਆਪਣੀ ਐਕਸੈਸੀਬਿਲਿਟੀ ਲੋਕਾਂ ਥਾਈਂ ਪਹੁੰਚ, ਲੋਕਾਂ ਦੀ ਮਿਹਰ ਥਾਈਂ ਪਹੁੰਚ, ਉਹ ਬੜੀ ਸੁਖਾਲੀ ਬਣਾਈ ਹੈ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇ। ਮਿਹਰਬਾਨੀ ਜੀ। ਜੀ ਇਹ ਸਨ ਸੁੱਖ ਧਾਲੀਵਾਲ, ਜਿਨ੍ਹਾਂ ਤੋਂ ਅਸੀਂ ਕਾਫੀ ਜ਼ਿਆਦਾ ਸਵਾਲ ਪੁੱਛੇ ਨੇ, ਜਿਨ੍ਹਾਂ ਨੇ ਇੱਥੇ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਨਾਲ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਅਤੇ ਜਿਹੜੇ ਵੀ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਦੇ ਜਵਾਬ ਕਿਸ ਤਰ੍ਹਾਂ ਦਿੱਤੇ ਜਾ ਰਹੇ ਨੇ। ਇਸ ਦੇ ਨਾਲ ਤੁਸੀਂ ਦੇਖਦੇ ਰਹੋ ਟੀ ਵੀ ਪੰਜਾਬ, ਅਤੇ ਅਸੀਂ ਫੈਡਰਲ ਇਲੈਕਸ਼ਨ ਦੀਆਂ ਤਿਆਰੀਆਂ ਜੋ ਚੱਲ ਰਹੀਆਂ ਨੇ ਉਸ ਦੇ ਉੱਤੇ ਜਾਣਕਾਰੀ ਤੁਹਾਨੂੰ ਲਗਾਤਾਰ ਦਿੰਦੇ ਰਹਾਂਗੇ।